ਸਸਰੀਆਕਾਲ ਜੀ ਫਿਰ ਆ ਗਈ ਮੈਂ ਹਾਜ਼ਰ ਹੋ ਗਈ ਆਂਟੀ ਤੁਹਾਡੀ ਮੈਂ ਕਿਹਾ ਸਾਰੇ ਜਣੇ ਪੁੱਛਦੇ ਰਹਿੰਦੇ ਹੋ ਕੀ ਖਾਣੀ ਹੈ ਕੀ ਖਾਣੀ ਹੈ ਮੈਂ ਦੱਸ ਹੀ ਦਿਆਂ ਵੀ ਤੁਹਾਨੂੰ ਕੀ ਖਾਣੀ ਤੁਹਾਨੂੰ ਇਹ ਦੱਸਾਂ ਵੀ ਮੇਰਾ ਰੋਜ਼ ਦਾ ਰੂਟੀਨ ਜਿਹੜਾ ਹੈ ਨਾ ਉਹ ਇਹੀ ਹੈ ਮੇਰੇ ਡਾਕਟਰ ਸਾਹਿਬਾਂ ਨਾਲ ਬੈਠੇ ਨੇ ਮੈਂ ਨਾਲ ਤੁਸੀਂ ਰੋਜ਼ ਵੇਖਦੇ ਹੋ ਨਾ ਮੈਨੂੰ ਮੈਂ ਖਾਂਦੀ ਹਾਂ ਸਵੇਰੇ ਫਰੂਟ ਹੈ ਨਾ ਜੀ ਫੁੱਲ ਪਲੇਟ ਆਫ ਫਰੂਟ ਅਤੇ ਜਿੰਨਾ ਮੇਰੇ ਕੋਲ ਖਾਧਾ ਜਾ ਸਕੇ ਕਈ ਵਾਰੀ ਹਲਕਾ ਹਲਕਾ ਥੋੜ੍ਹਾ ਥੋੜ੍ਹਾ ਵੀ ਖਾ ਲੈਂਦੀ ਹਾਂ ਅੱਛਾ ਹੁਣ ਤੁਸੀਂ ਮੈਨੂੰ ਪੁੱਛ ਲਓ ਵੀ ਅਨਾਰ ਕਿਉਂ ਖਾ ਰਹੀ ਹੈ ਹਾਂ ਅਤੇ ਤੁਸੀਂ ਨਾ ਦੇਖੋ ਜੀ ਤੁਸੀਂ ਬਣਾ ਰਹੇ ਹੋ ਵੀਡੀਓ ਜਦੋਂ ਮੈਂ ਗੱਲ ਕਰਾਂਗੀ ਮੇਰੇ 'ਤੇ ਜਦੋਂ ਇਹ ਗੱਲ ਕਰਨਗੇ ਇਹਨਾਂ 'ਤੇ ਪਰ ਸਾਨੂੰ ਮੋਟੇ ਨਾ ਦਿਖਾਇਓ ਇਹਨਾਂ ਦਾ ਕੋਈ ਪਤਾ ਨਹੀਂ ਐਡੇ ਐਡੇ ਦਿਖਾ ਦੇਣ ਆਈ ਐਮ ਕਿਡਿੰਗ ਓਨਲੀ ਇਸ ਤਰ੍ਹਾਂ ਜੀ ਮੈਨੂੰ ਵੈਸੇ ਮੈਂ ਹਮੇਸ਼ਾ ਨਾਸ਼ਤਾ ਜਿਹੜਾ ਆਲਮੋਸਟ 99% ਜਿਹੜਾ ਉਹ ਫਰੂਟ ਦਾ ਹੀ ਕਰਦੀ ਹਾਂ ਸਵੇਰੇ ਲੇਕਿਨ ਕਦੀ ਕਦਾਈ ਕੋਈ ਮਨ ਭਾਉਂਦੀ ਚੀਜ਼ ਬਣ ਜਾਵੇ ਜਾਂ ਸਾਰੇ ਇਕੱਠੇ ਹੋਈ ਹੋਈਏ ਤਾਂ ਇਹ ਪਰਸੋਂ ਕੀ ਹੋਇਆ ਮੇਰੇ ਪੈਰ ਸੁੱਜ ਗਏ ਥੋੜ੍ਹੇ ਥੋੜ੍ਹੇ ਜਦੋਂ ਉਹ ਆਏ ਸੀ ਨਾ ਆਪਣੇ ਰਿਸ਼ਤੇਦਾਰ ਅਤੇ ਉਹ ਕੱਲ੍ਹ ਟੈਸਟ ਕਰਵਾਏ ਅਤੇ ਉਹਦੇ ਵਿੱਚ ਥੋੜ੍ਹਾ ਜਿਹਾ ਮੇਰਾ ਹੋਇਆ ਹੀਮੋਗਲੋਬਿਨ ਲੋ ਹੋਇਆ ਮੈਂ ਸੋਚਿਆ ਡਾਕਟਰ ਨੂੰ ਦਿਖਾਵਾਂ ਮੈਂ ਆਪਣੇ ਡਾਕਟਰ ਨੂੰ ਦਿਖਾਵਾਂਗੀ ਕੌਣ ਕਹਿੰਦਾ ਇਹ ਖਰਾਬ ਹੈ ਇਹਦੇ ਨਾਲੋਂ ਖਰਾਬ ਤਾਂ ਮੇਰੀਆਂ ਰਿਪੋਰਟਾਂ ਨੇ ਕਹਿੰਦਾ ਕਿੰਨੀ ਖੁਸ਼ੀ ਹੋਈ ਮੈਨੂੰ ਨਹੀਂ ਕਹਿੰਦਾ ਮੇਰੀ ਕਰਾ ਲਓ ਇਸ ਤੋਂ ਬਾਅਦ ਇਸ ਉਮਰ 'ਚ ਬਿਲਕੁਲ ਠੀਕ ਹੈ ਫਿਰ ਉਹਨੇ ਯੂਰੀਨ ਦੀ ਟੈਸਟ ਦੇਖੀ ਰਿਪੋਰਟ ਨਾ ਉਹਦੇ 'ਚੋਂ ਕਹਿੰਦਾ ਬਾਰਡਰ ਲਾਈਨ 'ਤੇ ਬਸ ਪਸ ਸੈਲਸ ਨੇ ਹਾਂ ਉਹ ਮੇਰੇ ਖਿਆਲ ਆਪਾਂ ਜਿਹੜੀ ਰਿਪੋਰਟ ਵੇਖੀ ਸੀ ਉਹਦੇ 'ਚ ਹੈ ਨਹੀਂ ਸੀ ਉਹ ਬਾਅਦ ਵਿੱਚ ਉੱਥੋਂ ਮੈਂ ਕੁਲੈਕਟ ਕੀਤੀ ਹਾਂ ਅਤੇ ਉਹ ਕਹਿੰਦਾ ਫਿਰ ਆਪਾਂ ਯੂਰੀਨ ਕਰ ਮੈਨੂੰ ਕੋਈ ਤਕਲੀਫ ਨਹੀਂ ਹੈ ਅਤੇ ਜਿਹੜੀ ਪੈਰਾਂ 'ਚ ਸਵੈਲਿੰਗ ਆਈ ਹੈ ਨਾ ਉਹਦੇ ਨਾਲ ਥੋੜ੍ਹੇ ਜਿਹੇ ਹੀਮੋਗਲੋਬਿਨ ਘੱਟ ਹੋਣ ਕਰਕੇ ਬਾਕੀ ਅੱਜ ਹੋ ਜਾਣਗੇ ਮੇਰੇ ਸਾਰੇ ਟੈਸਟ ਇੱਧਰ ਕਰੋ ਜੀ ਸਰ ਇਹ ਮੇਰੀ ਡਾਕਟਰ ਇਹ ਸਾਡੀ ਫਿਜ਼ੀਓਥੈਰੇਪਿਸਟ ਹੈ ਤੁਹਾਡੇ ਅੰਕਲ ਦੀ ਫਿਜ਼ੀਓਥੈਰੇਪੀ ਕਰ ਰਹੇ ਨੇ ਅਸਲੀ ਅਸਲੀ ਡਾਕਟਰ ਤਾਂ ਆਂਟੀ ਆ ਜਿਹੜੇ ਨਾਲ ਖੁਸ਼ ਰੱਖਦੇ ਆ ਅਸੀਂ ਤਾਂ ਬਿਮਾਰੀਆਂ ਨਹੀਂ ਥੈਂਕ ਯੂ ਆਈ ਸੂਟ ਨਹੀਂ ਦਿਖਾਇਆ ਆਂਟੀ ਸੂਟ ਨਹੀਂ ਮੈਂ ਦਿਖਾਇਆ ਫੁੱਲ ਯੂ ਵਾਂਟ ਇੰਨੇ ਸੋਹਣੇ ਲੱਗੀ ਜਾਂਦੇ ਆ ਤੇ ਇਹਨਾਂ ਨੇ ਸੂਟਿੰਗ ਦਿਖਾਇਆ ਮੈਂ ਹੁਣ ਦਿਖਾਵਾਂ ਦਿਖਾਓ ਇਹ ਤੁਸੀਂ ਇੱਧਰ ਆਓ ਪਹਿਲਾਂ ਹੌਲੀ ਹੌਲੀ ਆਇਓ ਭਜਾ ਭਜਾ ਕੇ ਨਾ ਆਇਓ ਅੱਜ ਮੌਸਮ ਨਾਲ ਪੂਰਾ ਮੈਚਿੰਗ ਸੂਟ ਆਂਟੀ ਦਾ ਲਓ ਦੇਖ ਲਓ ਮੇਰਾ ਇਹ ਸੂਟ ਜਿਹੜਾ ਹੈ ਮੈਨੂੰ ਕੱਲ੍ਹ ਕੁਛ ਦਿਨ ਪਹਿਲਾਂ ਕੱਪੜਾ ਬੜਾ ਪਸੰਦ ਆਇਆ ਉਸੇ ਬੁਟੀਕ ਤੋਂ ਜਿੱਥੋਂ ਮੈਂ ਸਵਾਨੀ ਹਾਂ ਅਤੇ ਮੈਂ ਉਹਨੂੰ ਕਿਹਾ ਮੇਰਾ ਸੀ ਦੇ ਕਹਿੰਦੀ ਆਂਟੀ ਇਹ ਸਾਂਟਨ ਹੈ ਇਹ ਹੋਏ ਵੋ ਹੈ ਮੈਂ ਕਿਹਾ ਮੈਨੂੰ ਇੰਨਾ ਸੋਹਣਾ ਲੱਗਦਾ ਮੈਂ ਨਾ ਤੂੰ ਸੀ ਦੇ ਐਂਡ ਲਵਲੀ ਗਰਲ ਨੇ ਮੈਨੂੰ ਇੱਕ ਹਫ਼ਤੇ 'ਚ ਹੀ ਸੀ ਕੇ ਦੇ ਦਿੱਤਾ ਥੈਂਕ ਯੂ ਮਨਜੀਤ ਵੈਰੀ ਮੱਚ ਅੱਛਾ ਲੱਗ ਗਿਆ ਰੀਅਲੀ ਥੈਂਕ ਯੂ ਤੁਸੀਂ ਸਵੇਰੇ ਵੀ ਲਿਖਿਆ ਕੁਛ ਨਾ ਕਰੀ ਮੈਨੂੰ ਬੇਬੇ ਵਰਗਾ ਗਲਾ ਲਾਈਕ ਮਾਈ ਦਾਦੀ ਐਂਡ ਬਿਊਟੀਫੁਲ ਬਟਨ ਐਂਡ ਇਹ ਵਾਲੀ ਚੀਜ਼ ਵੀ ਸਾਡੀਆਂ ਬੁੱਢੀਆਂ ਦਾਦੀਆਂ ਨਾਨੀਆਂ ਪਾਉਂਦੀਆਂ ਹੁੰਦੀਆਂ ਸੀਗੀਆਂ ਹੈ ਨਾ ਬਟ ਮੈਂ ਦਾਦੀ ਵੀ ਹਾਂ ਮੈਂ ਨਾਨੀ ਵੀ ਹਾਂ ਅਤੇ ਮੈਨੂੰ ਅੱਛਾ ਲੱਗਦਾ ਹੈ ਵੀ ਮੈਂ ਇਹੋ ਜਿਹਾ ਮੈਂ ਮਾਡਰਨ ਕੱਪੜੇ ਵੀ ਪਾ ਲੈਂਦੀ ਹਾਂ ਅੱਛਾ ਅਤੇ ਹੁਣ ਕੀ ਹੋਇਆ ਫਿਰ ਮੇਰੀ ਧੀ ਨੇ ਔਡਰ ਕੀਤੇ ਵੀ ਜੇ ਹੀਮੋਗਲੋਬਿਨ ਤੇਰਾ ਘੱਟ ਹੈ ਘਰ ਅਨਾਰ ਲੈ ਵੀ ਨਾ ਨਹੀਂ ਜਾਣਾ ਅੱਛਾ ਕਿ ਮੈਂ ਅਨਾਰ ਵੈਸੇ ਇਹ ਰੂਟੀਨ ਖਾਂਦੀ ਰਹਿੰਦੀ ਹਾਂ ਉਹ ਕਹਿੰਦੀ ਫੁੱਲ ਦਿਨੇ ਹੈ ਨਾ ਉਹ ਖਾਣੇ ਆ ਤੂੰ ਕਹਿੰਦੀ ਵੰਡਦੀ ਫਿਰੇਂਗੀ ਮੈਂ ਕਿਹਾ ਨਹੀਂ ਵੰਡਦੀ ਮੈਂ ਤਾਂ ਹੁਣ ਅੱਜ ਡੇਢ ਅਨਾਰ ਛਲਾ ਲਿਆ ਅਤੇ ਬਾਈ ਚਾਂਸ ਤੂੰ ਵੀ ਆ ਗਈ ਹੈ ਅਤੇ ਹੁਣ ਤੂੰ ਵੀ ਖਾ ਮੈਨੂੰ ਤਾਂ ਇੱਕ ਹੀ ਬੜਾ ਹੈ ਫਿਰ ਸ਼ੂਗਰ ਦਾ ਵੀ ਖਿਆਲ ਰੱਖਣਾ ਵੇ ਵੀ ਉਹ ਨਾ ਵੱਧ ਜਾਵੇ ਅਤੇ ਵੈਸੇ ਮੈਂ ਤੁਹਾਨੂੰ ਦੱਸਾਂ ਮੈਂ ਬਿਲਕੁਲ ਫਿੱਟ ਐਂਡ ਫਾਈਨ ਹਾਂ ਜਿਹੜਾ ਮੇਰਾ ਵੇਟ ਵੱਧ ਹੈ ਨਾ ਤੁਸੀਂ ਵੱਧ ਨਹੀਂ ਆਖੋਗੇ ਕਿਉਂਕਿ ਮੈਂ 97 ਤੋਂ ਜਿਹੜਾ ਆਪਣਾ 72 ਆਈ ਹਾਂ ਨਹੀਂ ਇੰਨਾ ਵੇਟ ਮੈਂ ਘਟਾਇਆ ਅਤੇ ਉਹਦੇ ਨਾਲ ਕੀ ਹੋਇਆ ਇਹ ਸਾਰੇ ਰਿੰਕਲ ਆ ਗਏ
ਐ ਮੇਰੀ ਉਮਰ ਨਾਲ ਨਹੀਂ ਫੇਰ ਵਾਟ ਡੂ ਯੂ ਥਿੰਕ ਉਮਰ ਮੇਰੀ ਤੁਹਾਡੇ ਜੋ ਦੱਸਦੀ ਆ ਮੇਰੀ ਉਹੀ ਹੈ ਤੇ ਉਹ ਕੀ ਹੋਇਆ ਵੀ ਡਾਇਟਿੰਗ ਕਰਦੇ 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 ਇਹ ਸਾਰੇ ਜਿਹੜੇ ਆ ਨਾ ਉਹ ਸ਼ਰਿੰਕ ਹੋ ਗਿਆ ਸਾਰਾ ਕੋਈ ਗੱਲ ਨਹੀਂ ਫਿਰ ਕੋਈ ਕੋਈ ਤਾਂ ਸਮਝੌਤਾ ਕਰਨਾ ਹੀ ਪੈਂਦਾ ਨਹੀਂ ਕੁਛ ਕੁਛ ਪਾਣੀ ਨਹੀਂ ਕੁਛ ਖੋਣਾ ਪੈਂਦਾ ਹੈ ਸਵੇਰੇ ਮੇਰੇ ਕੋਲ ਕੁੜੀ ਆਉਂਦੀ ਹੈ ਆਪਣੀ ਜਿਹੜੇ ਅੰਕਲ ਨੂੰ ਐਕਸਰਸਾਈਜ਼ ਕਰਾਉਣਾ ਰੋਜ਼ ਆਂਟੀ ਆਪ ਕੇ ਹੱਥ ਕਿੰਨੇ ਅੱਛੇ ਮੇਰੇ ਤੋਂ ਪਹਿਲੇ ਹੀ ਬੂੜੇ ਲੱਗ ਰਹੇ ਉਹ ਮੇਰੀ ਓਨਲੀ 20 ਇਅਰਸ ਓਲਡ ਹੈ ਉਹ ਤੁਹਾਨੂੰ ਗਲੋ ਪਿੱਛੇ ਵੀ ਪਈ ਗਲੋ ਪਿੱਛੇ ਬਹੁਤ ਜ਼ਿਆਦਾ ਉਹਨੂੰ ਵੀ ਦੱਸੋ ਆ ਰਾਜ ਆ ਆ ਰਾਜ ਹੈ ਸਵੇਰੇ ਡਰਾਈ ਫਰੂਟ ਖਾਂਦੀ ਹਾਂ ਭਾਵੇਂ ਚਾਰ ਦਾਣੇ ਖਾਵਾਂ ਫਿਰ ਹੁਣ ਫਰੂਟ ਖਾਂਦੀ ਹਾਂ ਇਹ ਫਰੂਟ ਮੇਰਾ ਜਿਹੜਾ ਖਾਧਾ ਗਿਆ ਬਾਕੀ ਮੈਂ ਛੱਡ ਦਿਆਂਗੀ ਔਰ ਇਹਨੂੰ ਮੈਂ ਅਪ ਟੂ 1:00 ਜਾਂ 1:30 ਤੱਕ ਥੋੜ੍ਹਾ 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 ਮੂੰਹ 'ਚ ਪਾਉਂਦੀ ਰਹਾਂਗੀ ਸ਼ੂਗਰ ਦਾ ਇੱਕੋ ਇੱਕ ਕੰਟਰੋਲ ਕਰਨ ਦਾ ਤਰੀਕਾ ਵੀ ਬਲਕ ਵਿੱਚ ਕੁਛ ਨਾ ਖਾਓ ਬਲਕ ਵਿੱਚ ਕੁਛ ਖਾਓ ਤਾਂ ਇੱਕਦਮ ਸ਼ੂਗਰ ਜਿਹੜੀ ਹੈ ਬਣ ਜਾਂਦੀ ਹੈ ਅਤੇ ਅਸੀਂ ਖਾਂਦੇ ਹਾਂ ਪੋਰਸ਼ਨ ਵੀ ਥੋੜ੍ਹਾ 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 ਮੈਟਾਬੋਲਿਜ਼ਮ ਇਫੈਕਟ ਹੋ ਜਾਂਦਾ ਮੈਨੂੰ ਬਹੁਤੀ ਨੌਲੇਜ ਤਾਂ ਹੈ ਨਹੀਂ ਪਰ ਮੈਂ ਉਹੀ ਕਹਿੰਦੀ ਹੁੰਦੀ ਹਾਂ ਅਮਰਜੀਤ ਨੂੰ ਮੈਂ ਕਿਹਾ ਸਕੂਲਾਂ ਨੇ ਸਬਕ ਪੜ੍ਹਾਏ ਕੁਛ ਯਾਦ ਰਹੇ ਕੁਛ ਭੁੱਲ ਗਏ ਕਾਲਜਾਂ ਵਿੱਚ ਵੀ ਫਿਰ ਬੜੇ ਲੈਸਨ ਮਿਲੇ ਕੁਛ ਚੰਗੇ ਕੁਝ ਮਾੜੇ ਪਰ ਜ਼ਿੰਦਗੀ ਨੇ ਜੋ ਸਬਕ ਸਿਖਾਏ ਉਹ ਫਾਰ ਐਵਰ ਨਾਲ ਰਹਿੰਦੇ ਨੇ ਅਤੇ ਮਰਨ ਤੱਕ ਆਪਾਂ ਉਹਨਾਂ ਦੇ ਨਾਲ ਹੀ ਚੱਲਦੇ ਰਹਿੰਦੇ ਹਾਂ ਅਤੇ ਇਹ ਮੇਰਾ ਰਾਜ ਜੇ ਫਿਰ ਹੁਣ ਉਸ ਤੋਂ ਬਾਅਦ ਦੁਪਹਿਰ ਨੂੰ ਫਰੈਂਡਸ ਫਿਰ ਸਬਜ਼ੀ ਰੋਟੀ ਵਨ ਚਪਾਤੀ ਮੈਂ ਦਹੀਂ ਨਹੀਂ ਖਾ ਰਹੀ ਸੀ ਬੜੇ ਦਿਨਾਂ ਤੋਂ ਮੈਂ ਹੁਣ ਦਹੀਂ ਖਾਵਾਂਗੀ ਕਿਉਂਕਿ ਦਹੀਂ ਨਰਵਸ ਵਾਸਤੇ ਅੱਛੀ ਆ ਮੈਂ ਲੱਸੀ ਪੀ ਰਹੀ ਸੀ ਗਰਮੀਆਂ 'ਚ ਲੱਸੀ ਵੀ ਨਹੀਂ ਜ਼ਿਆਦਾ ਪੀਤੀ ਜਾ ਰਹੀ ਹੁਣ ਮੈਂ ਦਹੀਂ ਖਾਵਾਂਗੀ ਵਿਦ ਪ੍ਰੋਮਿਸ ਟੂ ਯੂ ਰੋਜ਼ ਚੈੱਕ ਕਰਨਾ ਹੈ ਰੀਅਲੀ ਪਤਾ ਕੀ ਹੈ ਕਿਸੇ ਨਾਲ ਪ੍ਰੋਮਿਸ ਕਰ ਲਓ ਅਤੇ ਤੁਹਾਨੂੰ ਯਾਦ ਰਹਿੰਦਾ ਵੀ ਪ੍ਰੋਮਿਸ ਕੀਤਾ ਅਤੇ ਉਹ ਰਹਿੰਦਾ ਵੀ ਹੈ ਹੈ ਨਾ ਦਹੀਂ ਖਾਵਾਂਗੀ ਸਬਜ਼ੀ ਖਾਵਾਂਗੀ ਰੋਟੀ ਖਾਵਾਂਗੀ ਔਰ ਫਿਰ ਉਸ ਤੋਂ ਬਾਅਦ ਅਸੀਂ ਨਾ ਸਵੀਟ ਡਿਸ਼ ਨਹੀਂ ਖਾਂਦੇ ਸਵੀਟ ਡਿਸ਼ ਦੇ ਵਿੱਚ ਅਸੀਂ ਇੰਨੀ ਕੁ ਡਲੀ ਗੁੜ ਦੀ ਲੈਂਦੇ ਸਵੀਟ ਡਿਸ਼ ਹਾਂ ਅੰਕਲ ਅਤੇ ਉਹ ਸੌਂਫ ਵੀ ਨਾਲ ਖਾਂਦੇ ਨੇ ਮੈਂ ਸੌਂਫ ਖਾਂਦੀ ਨਹੀਂ ਮੇਰੇ ਦੰਦਾਂ 'ਚ ਫਸ ਜਾਂਦੇ ਨੇ ਕਦੀ ਪੀਸੇ ਹੋਏ ਭੁੰਨੇ ਹੋਏ ਖਾ ਲਵਾਂ ਤਾਂ ਵੱਖਰੀ ਗੱਲ ਹੈ ਅਤੇ ਇਸ ਤਰ੍ਹਾਂ ਮੇਰਾ ਦਿਨਚਰ ਜਿਹੜਾ ਉਹ ਤੁਹਾਡੇ ਨਾਲੋਂ ਜਦੋਂ ਵੀ ਹੋਰ ਸਵੇਰੇ ਉੱਠਦੀ ਹਾਂ ਤੁਹਾਨੂੰ ਮਿਲ ਕੇ ਫਿਰ ਮੈਂ ਤੁਹਾਡੇ ਜਵਾਬ ਦੇ ਕੇ ਫਿਰ ਮੈਂ ਆ ਜਾਂਦੀ ਹਾਂ ਆਪਣੇ ਬ੍ਰੇਕਫਾਸਟ 'ਤੇ ਅੱਜ ਤੁਸੀਂ ਪੁੱਛੋ ਅੰਕਲ ਕਿੱਥੇ ਹੈ ਅੰਕਲ ਨੇ ਫਿਜ਼ੀਓਥੈਰੇਪੀ ਕਰਾਉਣੀ ਉਹ ਨਾਨ ਬੜੇ ਹੋਏ ਨੇ ਫਿਰ ਉਹਨਾਂ ਨੇ ਇਹ ਵਾਲਾ ਨਾਸ਼ਤਾ ਨਹੀਂ ਕਰਨਾ ਉਹ ਕਹਿੰਦੇ ਮੈਂ ਦਲੀਆ ਖਾਣਾ ਉਹਨਾਂ ਵਾਸਤੇ ਦਲੀਆ ਬਣਿਆ ਪਿਆ ਪਰ ਉਹ ਖਾਣਗੇ ਆਪਣੇ ਉੱਥੇ ਜਿੱਥੇ ਉਹਨਾਂ ਨੇ ਫਿਜ਼ੀਓਥੈਰੇਪੀ ਕਰਾਉਣੀ ਹੈ ਅਤੇ ਮੈਂ ਸੀ ਇੱਥੇ ਅਤੇ ਸੋਚਿਆ ਤੁਹਾਡੇ ਨਾਲ ਚਾਰ ਗੱਲਾਂ ਸ਼ੇਅਰ ਕਿਉਂ ਨਾ ਕਰ ਲਈਆਂ ਜਾਂ ਅਤੇ ਮੈਂ ਇਹਦੇ ਵਿੱਚ ਇਸ ਕਰਕੇ ਖਾ ਕੇ ਦੱਸਣ ਲੱਗੀ ਹਾਂ ਮੇਰੀ ਧੀ ਵੇਖ ਲਵੇ ਵੀ ਮੈਂ ਖਾ ਲਿਆ ਨਹੀਂ ਉਹ ਝਟਕਾ ਮਾਰੇਗੀ ਮੈਨੂੰ ਅਨਾਰ ਇੱਕ ਗੱਲ ਹੋਰ ਦੱਸ ਬੇਟਾ ਅਸੀਂ ਮਨਰਾਜ ਅਸੀਂ ਕੰਧਾਰਦੇ ਹਾਂ ਔਰ ਕੰਧਾਰੀ ਅਨਾਰ ਸਭ ਤੋਂ ਸਵਾਦ ਯੂ ਨੋ ਸਭ ਤੋਂ ਵਧੀਆ ਅਨਾਰ ਜਿਹੜਾ ਉਹ ਕੰਧਾਰ ਦਾ ਹੁੰਦਾ ਕੰਧਾਰ ਦਾ ਅਨਾਰ ਇਸ ਕਲਰ ਦਾ ਹੁੰਦਾ ਥੋੜੀ ਤੇ ਚਿੱਟੇ ਨਿਕਲਦੇ ਨੇ ਕਈ ਪਿੰਕ ਨਿਕਲਦੇ ਨੇ ਜੂਸੀ ਔਰ ਬਹੁਤ ਫੇਮਸ ਵਰਲਡ ਫੇਮ ਜਿਹੜਾ ਅਨਾਰ ਹੈ ਨਾ ਉਹ ਕੰਧਾਰ ਦਾ ਕੰਧਾਰ ਜਿਹੜਾ ਹੈ ਨਾ ਐਕਚੁਲੀ ਹੈ ਪਾਕਿਸਤਾਨ ਤੋਂ ਜਿਹੜਾ ਪਰਾਂ ਕੰਧਾਰ ਹੈ ਉਹ ਪਹਿਲਾਂ ਤਾਂ ਸਾਰਾ ਅਫਗਾਨਿਸਤਾਨ ਪਾਕਿਸਤਾਨ ਹਿੰਦੁਸਤਾਨ ਅਪ ਟੂ ਸਾਰਾ ਇੱਕੋ ਹੀ ਹੁੰਦਾ ਸੀਗਾ ਇਹ ਫਿਰ ਵੰਡੀਆਂ ਪੈਂਦੀਆਂ ਗਈਆਂ ਅਤੇ ਕਈ ਕੁਛ ਜਿਹੜਾ ਉਹ ਬਦਲ ਗਿਆ ਅਤੇ ਮੇਰੇ ਦਾਦਾ ਜੀ ਕੰਧਾਰ ਦੇ ਵਿੱਚ
ਡਰਾਈ ਫਰੂਟ ਦਾ ਵਪਾਰ ਕਰਦੇ ਸੀ। ਅੱਛਾ। ਸੋ ਵੀ ਬਿਕੇਮ ਮਤਲਬ ਸਾਡੀ ਪੂਰਾ ਖਾਨਦਾਨ ਜਿਹੜਾ ਸੀ ਉਹਨਾਂ ਦਾ ਬਿਜ਼ਨਸ। ਬਹੁਤ ਸਾਰੇ ਕੰਧਾਰੀ ਹੈਗੇ ਨੇ, ਫਿਰ ਕੰਧਾਰੀ ਅੱਗੋ 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 ਨਿਕਲਦੇ ਨਿਕਲਦੇ ਕਾਸਟ ਹੀ ਬਣ ਗਈ ਕੰਧਾਰੀ, ਜਿਵੇਂ ਪਿੰਡਾਂ ਦੇ ਨਾਲ ਨਾਲ ਵੀ ਬਣ ਜਾਂਦੀ ਹੈ ਨਾ। ਹਾਂ, ਉੱਦਾਂ ਅਤੇ ਸੋ ਮੈਂ ਖਾ ਰਹੀ ਹਾਂ। ਦੇਖੋ ਮੈਂ ਇਸ ਤੋਂ ਇਲਾਵਾ ਕੋਈ ਨਾਸ਼ਤਾ ਨਹੀਂ ਲੈਂਦੀ, ਮੈਨੂੰ ਕੋਈ ਸਵਾਦ ਨਹੀਂ ਲੱਗਦਾ। ਇਹ ਮੇਰੀ ਰੂਟੀਨ ਪਿਛਲੇ ਉੱਨੇ ਸਾਲਾਂ ਤੋਂ ਹੀ ਹੈ, ਜਿੰਨੇ ਸਾਲਾਂ ਤੋਂ ਮੈਂ ਰਿਟਾਇਰ ਹੋ ਗਈ ਹਾਂ। ਰਿਟਾਇਰਮੈਂਟ ਤੋਂ ਪਹਿਲਾਂ ਵੀ ਮੈਂ ਆਫਿਸ ਜਾ ਕੇ ਫਰੂਟ ਖਾਂਦੀ ਸੀ। ਸਾਡੇ ਨਾ ਨੀਚੇ ਉੱਥੇ ਮੇਰਾ ਫਸਟ ਫਲੋਰ 'ਤੇ ਸੀ, ਗਰਾਊਂਡ ਫਲੋਰ 'ਤੇ ਨਾ ਇੱਕ ਬਹਿੰਦਾ ਸੀ, ਵੈਂਡਰ ਸੀਗਾ, ਇੱਕ ਟੋਕਰੀ ਲੈ ਕੇ ਅਤੇ ਉਹ ਪਪੀਤਾ ਕੇਲਾ ਕੁਛ ਫਰੂਟਸ ਜਿਹੜਾ ਰੱਖਦਾ ਸੀ ਅਤੇ ਡਿਸਪੋਜ਼ੇਬਲ ਪਲੇਟ ਦੇ ਵਿੱਚ ਬਹੁਤ ਸੋਹਣਾ ਕੱਟ ਕੇ ਦਿੰਦਾ ਸੀ। ਮੇਰੀ ਰੋਜ਼ ਪਲੇਟ ਉੱਪਰ 20 ਰੁਪਏ ਦੀ ਸਿਰਫ ਪਲੇਟ ਹੁੰਦੀ ਸੀ, ਉਹ ਪਪੀਤਾ ਅਤੇ ਕੇਲਾ, ਇੰਨੀ ਕੁ ਪਲੇਟ, ਇੰਨੀ ਕੁ ਪਲੇਟ ਹੀ ਹੁੰਦੀ ਸੀ। ਉਹਨੇ ਭਰ ਕੇ ਮੈਨੂੰ ਲਗਾਇਆ ਹੋਇਆ ਸੀ ਕਿਉਂਕਿ ਮੈਂ ਨਾਸ਼ਤਾ ਕਰਦੀ ਨਹੀਂ ਸੀ ਘਰ, ਉੱਥੇ ਜਾ ਕੇ ਮੈਂ ਉਹ ਖਾ ਲਿਆ। ਉਸਨੇ ਮੇਰੀ ਸ਼ੂਗਰ ਨੂੰ ਕੰਟਰੋਲ ਕੀਤਾ, ਮੇਰੀ ਜ਼ੁਬਾਨ ਨੂੰ ਜਿਹੜਾ ਹੈ ਨਾ ਉਹ ਲਗਾਮ ਲਗਾਈ ਵੀ ਉਹ ਨਹੀਂ ਭੱਜਣਾ ਪੈਂਦਾ ਸੀ ਵੀ ਪਰੌਂਠੇ ਖਾਣੇ ਬਣਾਉਣੇ ਇਹ ਉਹ, ਬਣਿਆ ਬਣਾਇਆ ਨਾਸ਼ਤਾ ਮੈਨੂੰ ਮਿਲ ਜਾਂਦਾ ਸੀ। ਐਂਡ ਉਹ ਇੰਨਾ ਅੱਛਾ ਇੰਨਾ ਸਵਾਦ ਫਰੂਟ ਲਿਆਉਂਦਾ ਸੀ ਕਿ ਸ਼ਾਮ ਨੂੰ ਉਹਦੇ ਕੋਲੋਂ ਹੀ ਮੈਂ ਫਰੂਟ ਲੈ ਕੇ ਘਰ ਆਉਂਦੀ ਹੁੰਦੀ ਸੀ। ਚਲੋ ਜੀ, ਤੁਹਾਡਾ ਵੀ ਬਹੁਤਾ ਟਾਈਮ ਨਾ ਖਰਾਬ ਕਰਦੇ ਹੋਏ, ਅੱਜ ਦਾ ਸ਼ੋ ਇੰਨਾ ਹੀ ਬਈ। ਮੈਂ ਤੁਹਾਨੂੰ ਨਾਸ਼ਤਾ ਦੱਸਿਆ। ਅੱਛਾ, ਇੱਕ ਲੇਡੀ ਨੇ ਮੇਰੀ ਮੈਨੂੰ ਇੱਕ ਸੁਜੈਸ਼ਨ ਦਿੱਤੀ ਸੀ, ਮੈਂ ਉੱਠ ਕੇ ਦੱਸਦੀ ਹਾਂ ਵੀ ਇੱਥੇ ਨਾ ਆਹ ਵਾਲਾ ਪੋਟ ਪਿਆ ਹੋਇਆ ਸੀ, ਇਹ ਵਾਲਾ ਮੈਂ ਪਿਛਲੀ ਵਾਰੀ ਜਦੋਂ ਦਿਖਾਇਆ ਅਤੇ ਉਹ ਕਹਿਣ ਲੱਗੀ ਵੀ ਇਹ ਤੁਹਾਡਾ ਇੱਥੇ ਡਾਇਨਿੰਗ ਟੇਬਲ 'ਤੇ ਗਲਤ ਹੈ। ਮੈਨੂੰ ਵੀ ਪਤਾ ਵੀ ਇਹ ਗਲਤ ਹੈ, ਪਰ ਇੱਥੋਂ ਵਾਲਾ ਜਿਹੜਾ ਫਲਾਵਰ ਪੋਟ ਸੀ ਉਹ ਟੁੱਟ ਗਿਆ ਸੀ, ਜਿਹੜਾ ਇਸ ਤੋਂ ਵੀ ਡਾਊਨ ਸੀਗਾ। ਆਈ ਨੋ ਇੱਥੇ ਡਾਊਨ ਰੱਖਣਾ ਚਾਹੀਦਾ, ਅੱਜ ਮੈਂ ਇਹ ਥੋੜ੍ਹਾ ਜਿਹਾ ਪੱਤਿਆਂ ਵਾਲਾ ਰੱਖ ਦਿੱਤਾ ਵੇ। ਮੈਂ ਤੁਹਾਡੀ ਸੁਜੈਸ਼ਨ ਮੰਨੀ, ਤੁਹਾਡੀਆਂ ਸੁਜੈਸ਼ਨਸ ਮੇਰੇ ਸਿਰ ਮੱਤੇ, ਮੇਰਾ ਬਰਨਾਲਾ ਉੱਥੇ ਦਾ ਉੱਥੇ ਨਹੀਂ ਹੈ, ਮੈਂ ਆਪਣਾ ਬਰਨਾਲਾ ਜ਼ਰੂਰ ਚੇਂਜ ਕਰਾਂਗੀ। ਥੈਂਕ ਯੂ ਵੈਰੀ ਮੱਚ।